घना कुड़त्या ते बार चल से करू बंदे खिल खिल हल थाने रह तसील तेरे यार के सहारे सरकार चल से बहुत क्या डायर वही गया वही बहुत सुना कौन है उसी बहुत सुना कौन है चलवाता आ साल डेढ़ गिफ्ट देने ना लोग सोचते जानेंगे भी आगे चली जाता इन्हीं की गारंटी है भाई मैं बड़ा मान करके तो कहना नहीं तो लोग पूछे करेंगे गोरे काले भी सिद्धू तू जानते हो गारंटी ਇੱਥੇ ਗਵਾਹ ਤੁਸੀਂ ਵੀ ਗਵਾਹ ਮੈਂ ਵੀ ਦੋਸਤੋ ਸਿੱਧੂ ਮੂਸੇਵਾਲੇ ਵੱਲੋਂ ਇੱਕ ਹਰਿਆਣਵੀ ਲੜਕੀ ਨੂੰ ਗਾਉਣ ਦਾ ਮੌਕਾ ਦਿੱਤਾ ਗਿਆ ਤੇ ਕੀ ਮੂਸੇਵਾਲਾ ਹੁਣ ਹਰਿਆਣਵੀ ਗਾਣਾ ਕਰਨ ਜਾ ਰਹੇ ਹਨ ਅਤੇ ਨਾਲ ਹੀ ਸਨੀ ਮਾਲਟਨ ਦਾ ਬਿਗ ਬਰਡ ਨੂੰ ਫੇਕ ਵਿਊਜ਼ ਤੇ ਜਵਾਬ ਦਿੱਤਾ ਪੂਰੀ ਖਬਰ ਇੱਥੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਦੀ ਸਪੋਰਟ ਕਰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮੂਸੇਵਾਲੇ ਜੱਟ ਦਾ ਸਿੱਕਾ ਅੱਜ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਚੱਲਦਾ ਦੇਖਿਆ ਜਾ ਸਕਦਾ ਤੇ ਪੂਰੇ ਦੇਸ਼ ਦੁਨੀਆ ਵਿੱਚ ਸਿੱਧੂ ਦੇ ਫੈਨ ਦੇਖੇ ਜਾਂਦੇ ਹਨ ਜਦੋਂ ਵੀ ਸਿੱਧੂ ਕੋਈ ਨਵਾਂ ਗਾਣਾ ਲੈ ਕੇ ਆਉਂਦੇ ਹਨ ਤਾਂ ਹਰ ਪਾਸੇ ਸੋਸ਼ਲ ਮੀਡੀਆ ਤੇ ਵੀ ਸਿੱਧੂ ਦੇ ਉਸ ਗਾਣੇ ਤੇ ਹੀ ਰਿਐਕਸ਼ਨ ਵੀਡੀਓ ਸਭ ਤੋਂ ਜ਼ਿਆਦਾ ਦੇਖੀਆਂ ਜਾਂਦੀਆਂ ਹਨ ਪਰ ਸਿੱਧੂ ਦੀ ਇੱਕ ਗੱਲ ਜੋ ਕਿ ਸਭ ਤੋਂ ਵਧੀਆ ਤੇ ਸਭ ਨੂੰ ਹੀ ਚੰਗੀ ਲੱਗਦੀ ਹੈ ਕਿ ਉਹ ਇੰਨੇ ਵੱਡੇ ਮੁਕਾਮ ਤੇ ਹੋਣ ਦੇ ਬਾਵਜੂਦ ਦੂਸਰਿਆਂ ਕਲਾਕਾਰਾਂ ਨੂੰ ਵੀ ਆਪਣੇ ਨਾਲ ਮੌਕਾ ਦਿੰਦੇ ਹਨ ਇਸੇ ਤਰ੍ਹਾਂ ਦੀ ਖਬਰ ਹੁਣ ਚੱਲਦੀ ਦੇਖੀ ਜਾ ਰਹੀ ਹੈ ਇੱਕ ਹਰਿਆਣਵੀ ਲੜਕੀ ਬਾਰੇ ਜੋ ਕਿ ਖਾਸ ਤੌਰ ਤੇ ਸਿੱਧੂ ਨੂੰ ਮਿਲਣ ਉਹਨਾਂ ਦੇ ਪਿੰਡ ਪਹੁੰਚੇ ਸਿੱਧੂ ਜਦੋਂ ਆਪਣੇ ਖੇਤ ਵਿੱਚ ਟਰੈਕਟਰ ਤੇ ਵਾਹੀ ਕਰ ਰਹੇ ਸਨ ਤਾਂ ਉਸ ਸਮੇਂ ਇਹ ਲੜਕੀ ਸਿੱਧੂ ਨੂੰ ਮਿਲਣ ਲਈ ਹਰਿਆਣਾ ਤੋਂ ਚੱਲ ਕੇ ਮੂਸੇ ਪਿੰਡ ਵਿਖੇ ਪਹੁੰਚੀ ਅਤੇ ਸਿੱਧੂ ਨੇ ਵੀ ਇਹਨਾਂ ਦਾ ਮਾਣ ਰੱਖਦੇ ਹੋਏ ਜਦੋਂ ਇਸ ਨੂੰ ਆ ਕੇ ਮਿਲਿਆ ਤਾਂ ਇਸ ਲੜਕੀ ਨੇ ਆਪਣੀ ਹਰਿਆਣਵੀ ਬੋਲੀ ਵਿੱਚ ਹੀ ਸਿੱਧੂ ਨੂੰ ਗਾਣਾ ਵੀ ਗਾ ਕੇ ਸੁਣਾਇਆ ਮੂਸੇਵਾਲੇ ਨੇ ਉਸੇ ਸਮੇਂ ਗਾਣਾ ਸੁਣ ਕੇ ਇਸ ਲੜਕੀ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਕਿ ਉਹਨਾਂ ਦੀ ਆਵਾਜ਼ ਬਹੁਤ ਵਧੀਆ ਹੈ ਤੇ ਉਹਨਾਂ ਨੂੰ ਇਸੇ ਤਰ੍ਹਾਂ ਮਿਹਨਤ ਕਰਨੀ ਚਾਹੀਦੀ ਹੈ ਇਸੇ ਤੋਂ ਬਾਅਦ ਹੀ ਕਿਆਸ ਲਗਾਏ ਜਾਣ ਲੱਗੇ ਕਿ ਹੁਣ ਸਿੱਧੂ ਕੋਈ ਹਰਿਆਣਵੀ ਗਾਣਾ ਵੀ ਲੈ ਕੇ ਆਉਣਗੇ ਕਿਉਂਕਿ ਹਰਿਆਣੇ ਵਿੱਚ ਵੀ ਸਿੱਧੂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਪਰ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਹੀ ਕੁਝ ਪਤਾ ਲੱਗ ਸਕਦਾ ਹੋਏ ਰੀਏ ਮੈਂ ਹੋ ਰਿਆ ਬਦਨਾਮ ਗਾਵਰੂ ਓਲੇ ਸੋਲੇ ਕਰੇ ਸਾਰੇ ਕੰਮ ਗਾਵਰੂ ਹੋਰ ਰੱਖੇ ਪੂਰੀ ਟੋਰ ਫੋਰ ਤੇਰਾ ਮਾਜ ਰਿਆ ਸੇ ਸ਼ੋਰ ਤੂੰ ਹੋ ਕੇ ਘਣਾ ਕੁੜਤਿਆਂ ਤੇ ਬਾਹਰ ਚੱਲ ਸੈ ਕਰੂ ਬੰਦੇ ਖਿਲ ਖਿਲ ਹਲ ਥਾਣੇ ਰਹਿ ਤਸੀਲ ਤੇਰੇ ਯਾਰ ਕੇ ਸਹਾਰੇ ਸਰਕਾਰ ਚੱਲ ਸੈ ਦੂਸਰੇ ਪਾਸੇ ਸਿੱਧੂ ਦੇ ਪੁਰਾਣੇ ਸਾਥੀ ਰਹੇ ਮਿਊਜ਼ਿਕ ਪ੍ਰੋਡਿਊਸਰ ਬਿਗ ਬਰਡ ਇੱਕ ਵਾਰ ਫੇਰ ਤੋਂ ਆਪਣੇ ਕਾਰਨਾਮੇ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸੇ ਕਰਕੇ ਬਿਗ ਬਰਡ ਨੂੰ ਉਸ ਦੇ ਸਾਥੀ ਰਹੇ ਸਨੀ ਮਾਲਟਨ ਵੱਲੋਂ ਵੀ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਨਾਮ ਲਿਖ ਕੇ ਜਵਾਬ ਦਿੱਤਾ ਗਿਆ ਤੇ ਗੱਲ ਵੱਧਦੀ ਦੇਖੀ ਜਾ ਰਹੀ ਹੈ ਅਸਲ ਵਿੱਚ ਬਿਗ ਬਰਡ ਵੱਲੋਂ ਇੱਕ ਨਵਾਂ ਕਲਾਕਾਰ ਨਾਲ ਆਪਣੀ ਕੰਪਨੀ ਰਾਹੀਂ ਗਾਣਾ ਰਿਲੀਜ਼ ਕੀਤਾ ਗਿਆ ਅਤੇ ਹੈਰਾਨ ਕਰਨ ਵਾਲੀ ਗੱਲ ਰਹੀ ਕਿ ਇਸ ਗਾਣੇ ਦੇ 1 ਮਿੰਟ ਵਿੱਚ 3.5 ਲੱਖ ਤੋਂ ਵੀ ਜ਼ਿਆਦਾ ਵਿਊਜ਼ ਹੋ ਗਏ ਦੇਖਿਆ ਜਾਵੇ ਤਾਂ ਪੰਜਾਬੀ ਇੰਡਸਟਰੀ ਦੇ ਕਿਸੇ ਗਾਣੇ ਤੇ ਪਹਿਲੀ ਵਾਰ ਇੰਨੇ ਜ਼ਿਆਦਾ ਵਿਊਜ਼ ਦੇਖੇ ਗਏ ਤੇ ਸਾਰੇ ਦੇ ਸਾਰੇ ਹੀ ਇੱਕਦਮ ਹੈਰਾਨ ਵੀ ਹੋ ਗਏ ਸਨੀ ਮਾਲਟਨ ਨੇ ਇਸੇ ਦਾ ਜਵਾਬ ਦਿੰਦੇ ਹੋਏ ਲਿਖਿਆ ਇਹ ਸ਼ਰਮ ਵਾਲੀ ਗੱਲ ਹੈ ਕਿ ਬਰਡ ਵੀ ਝੂਠੇ ਫੇਕ ਵਿਊਜ਼ ਲੈਣ ਵਾਲਿਆਂ ਦੀ ਸਰਕਸ ਵਿੱਚ ਸ਼ਾਮਲ ਹੋ ਗਿਆ ਨਾਲ ਹੀ ਸਨੀ ਮਾਲਟਨ ਨੇ ਲਿਖਿਆ ਤੁਸੀਂ ਸਾਰੇ ਆਪਣੀ ਜ਼ਮੀਰ ਵੇਚ ਰਹੇ ਹੋ ਫੇਕ ਫੇਮ ਲੈਣ ਦੇ ਲਈ ਇਸੇ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਹੋਰ ਵੀ ਜ਼ਿਆਦਾ ਫੈਲੀ ਸਿੱਧੂ ਦੇ ਫੈਨਸ ਦਾ ਕਹਿਣਾ ਕਿ ਸ਼ਾਇਦ ਇੱਥੇ ਬਰਡ ਮੂਸੇਵਾਲੇ ਦਾ ਰਿਕਾਰਡ ਤੋੜ ਕੇ ਦਿਖਾਉਣਾ ਚਾਹੁੰਦਾ ਹੋਵੇ ਕਿ ਇਸੇ ਕਰਕੇ ਨਵੇਂ ਕਲਾਕਾਰ ਨਾਲ ਗਾਣੇ ਵਿੱਚ ਵਿਊਜ਼ ਵਾਲਾ ਕੰਮ ਕੀਤਾ ਹੈ ਪਰ ਕੀ ਇਸ ਨਾਲ ਉਹ ਸਿੱਧੂ ਦੇ ਕੰਮ ਨੂੰ ਕੋਈ ਫਰਕ ਪਾ ਸਕਦਾ ਹੈ ਜਾਂ ਨਹੀਂ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ ਧੰਨਵਾਦ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ